ਅਸਲਾਮ ਅਲੈਕੁਮ ਫਰੈਂਡਸ, ਟੈਕਨੀਕਲ ਫਨ ਨੂੰ ਸ਼ਾਮ ਦੇ ਦੋਸਤੋ, ਸਾਡੇ ਕੋਲ ਓਪੋ ਦਾ ਮਾਡਲ ਹੈ R1001। ਅੱਛਾ, ਇਹਨੂੰ ਅਸੀਂ ਰੀਸੈਟ ਕਰਾਂਗੇ, ਇਹਦੀ ਹਾਰਡ ਰੀਸੈਟ ਕਰਾਂਗੇ। ਕਿੱਦਾਂ ਰੀਸੈਟ ਕਰਾਂਗੇ? ਇਹਦਾ ਜਿਹੜਾ ਸਕਿਉਰਟੀ ਕੋਡ ਹੈ, ਪੈਟਰਨ ਲੌਕ ਜਿਹੜਾ, ਅਗਰ ਲਗਾ ਲਓ ਭੁੱਲ ਜਾਓ ਤਾਂ ਤੁਸੀਂ ਕਿਸ ਤਰ੍ਹਾਂ ਰੀਸੈਟ ਕਰ ਸਕਦੇ। ਰੀਸੈਟ ਕਰਨਾ ਕਿਸ ਤਰ੍ਹਾਂ ਵਾ? ਸਭ ਤੋਂ ਪਹਿਲੇ ਤਾਂ ਇਹਨੂੰ ਖੋਲ੍ਹਣਾ ਵਾ, ਮੋਬਾਈਲ ਨੂੰ ਖੋਲ੍ਹਿਆ, ਇਸ ਤਰ੍ਹਾਂ ਖੋਲ੍ਹਿਆ, ਇਹਦੀ ਬੈਟਰੀ ਕੱਢੀ, ਬੈਟਰੀ ਨੂੰ ਦੁਬਾਰਾ ਲਗਾਇਆ। ਬੈਟਰੀ ਕੱਢ ਕੇ ਦੁਬਾਰਾ ਲਾਉਣ ਤੋਂ ਬਾਅਦ ਇਹਦਾ ਵਾਲੀਅਮ ਜਿਹੜਾ ਡਾਊਨ ਆ, ਨੀਚੇ ਵਾਲਾ ਬਟਨ ਆ ਅਤੇ ਪਾਵਰ ਵਾਲਾ ਬਟਨ, ਵਾਲੀਅਮ ਡਾਊਨ ਨੂੰ ਦਬਾ ਕੇ ਰੱਖਣਾ ਔਰ ਪਾਵਰ ਵਾਲਾ ਬਟਨ ਨੂੰ ਅਸੀਂ ਦਬਾ ਕੇ ਰੱਖਣਾ। ਜਦੋਂ ਔਨ ਹੋ ਜਾਏ ਉਦੋਂ ਤੁਸੀਂ ਪਾਵਰ ਵਾਲਾ ਬਟਨ ਛੱਡ ਦੇਣਾ, ਜਦੋਂ ਓਪੋ ਦਾ ਸਾਈਨ ਆ ਜਾਏ। ਅੱਛਾ, ਉੱਪਰ ਲੈਂਗੁਏਜ ਆ ਰਹੀ ਆ, ਅਸੀਂ ਇੰਗਲਿਸ਼ ਲੈਂਗੁਏਜ ਨੂੰ ਸਿਲੈਕਟ ਕਰਨਾ, ਪਾਵਰ ਵਾਲੇ ਬਟਨ ਨੂੰ ਦਬਾਉਣਾ, ਇੰਗਲਿਸ਼ ਲੈਂਗੁਏਜ ਸਿਲੈਕਟ ਹੋ ਗਈ। ਨੀਚੇ ਆਇਆ ਦੂਸਰਾ ਆਪਸ਼ਨ ਨਾ, ਰੈਪ ਡਾਟਾ ਐਂਡ ਕੈਸ਼, ਅਸੀਂ ਕੈਸ਼ 'ਤੇ ਆ ਜਾਣਾ, ਅਸੀਂ ਪਾਵਰ ਵਾਲੇ ਬਟਨ ਨੂੰ ਦਬਾਉਣਾ, ਠੀਕ ਆ। ਫਿਰ ਪਹਿਲਾ ਹੀ ਆਪਸ਼ਨ ਆ ਰੈਪ ਡਾਟਾ ਐਂਡ ਕੈਸ਼, ਕਲਿੱਕ ਕਰਨਾ, ਯੈਸ ਦੇ ਉੱਪਰ ਓਕੇ ਕਰਨਾ, ਅਸੀਂ ਇਹਨੂੰ ਯੈਸ ਕਰ ਦੇਣਾ। ਯੈਸ ਕਰਨ ਤੋਂ ਬਾਅਦ ਦੁਬਾਰਾ ਅਸੀਂ ਯੈਸ ਕਰ ਦੇਣਾ ਕਿ ਸਾਡੀ ਹਾਰਡ ਜਿਹੜੀ ਰੀਸੈਟ ਹੋ ਗਈ। ਉਸ ਤੋਂ ਬਾਅਦ ਰੀਬੂਟ ਕਰ ਦੇਣਾ, ਰੀਬੂਟ ਕਰਨ ਦੇ ਨਾਲ ਅਸੀਂ ਯੈਸ ਦਾ ਓਪਸ਼ਨ ਦਬਾਉਣਾ। ਇਸ ਤੋਂ ਬਾਅਦ ਇਹ ਥੋੜ੍ਹੀ ਦੇਰ ਲਏਗਾ, ਥੋੜ੍ਹਾ ਔਨ ਹੋਣ 'ਤੇ। ਅੱਛਾ ਦੋਸਤੋ, ਅਗਰ ਵੀਡੀਓ ਪਸੰਦ ਆਇਆ ਤਾਂ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰ ਦਿਆ ਕਰੋ। ਅਗਰ ਕੋਈ ਮਜ਼ੀਦ ਹੋਰ ਤੁਹਾਨੂੰ ਮਸਲਾ ਪੇਸ਼ ਆਵੇ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹਾਂ, ਕਮੈਂਟ ਕਰਕੇ ਆਪਣੇ ਦੋਸਤਾਂ ਨੂੰ ਦੱਸੋ। ਪੰਜਾਬੀ 'ਚ ਵੀਡੀਓ ਦੇਖੋ ਔਰ ਪੰਜਾਬੀ 'ਚ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ ਤੁਸੀਂ। ਕੋਈ ਵੀ ਵੀਡੀਓ ਹੋਵੇ ਤੁਸੀਂ ਦੇਖ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ। ਕੋਈ ਵੀ ਐਸਾ ਪ੍ਰੋਬਲਮ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ। ਅਤੇ ਦੋਸਤੋ, ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਔਰ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਵੀ ਆਗਾਹ ਕਰ ਦਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ, ਤੁਹਾਨੂੰ ਪਸੰਦ ਆਈ ਜਾਂ ਨਹੀਂ ਪਸੰਦ ਆਈ। ਤਾਂ ਦੋਸਤੋ, ਥੋੜ੍ਹੀ ਜਿਹੀ ਵੀਡੀਓ ਇਹਨੂੰ ਸਕਿੱਪ ਕਰ ਦਿੰਦੇ ਹਾਂ ਤਾਂ ਕਿ ਜਦੋਂ ਔਨ ਹੋਵੇ ਉਦੋਂ ਇਹਦਾ ਇੱਥੇ ਮੈਂ ਤਕਰੀਬਨ 5 ਮਿੰਟ ਲੈ ਜਾਂਦਾ ਔਨ ਹੋਣ 'ਤੇ। ਬਾਜ਼ ਮੋਬਾਈਲ ਹੈਗੇ ਜਿਹੜੇ ਜਲਦੀ ਵੀ ਔਨ ਹੋ ਜਾਂਦੇ ਆ। ਅੱਛਾ ਜੀ ਦੋਸਤੋ, ਇਹ ਹੁਣ ਓਪੋ ਦਾ ਅੱਗੇ ਆ ਗਿਆ, ਸਾਈਨ ਆ ਗਿਆ। ਅਸੀਂ ਇਹਨੂੰ ਨੈਕਸਟ 'ਤੇ ਕਲਿੱਕ ਕਰਾਂਗੇ, ਇਹਦੀ ਸੈਟਿੰਗ ਕਰਾਂਗੇ। ਦੁਬਾਰਾ ਅਸੀਂ ਨੈਕਸਟ 'ਤੇ ਕਲਿੱਕ ਕਰਾਂਗੇ, ਇੱਥੋਂ ਲੈਂਗੁਏਜ ਸਿਲੈਕਟ ਕਰਕੇ ਯੂਨਾਈਟਿਡ ਸਟੇਟ ਸਿਲੈਕਟ ਕਰਨਾ, ਨੈਕਸਟ 'ਤੇ ਕਲਿੱਕ ਕਰਨਾ। ਅੱਛਾ, ਵਾਈਫਾਈ ਆ ਤੁਹਾਡੇ ਕੋਲ, ਤੁਸੀਂ ਵਾਈਫਾਈ ਕਰ ਦਿਓ, ਨਹੀਂ ਤਾਂ ਨੈਕਸਟ 'ਤੇ ਕਲਿੱਕ ਕਰ ਦਿਓ। ਉਸ ਤੋਂ ਬਾਅਦ ਅਕਾਊਂਟ ਦਾ ਪੁੱਛੇਗਾ, ਅਕਾਊਂਟ 'ਤੇ ਵੀ ਤੁਸੀਂ ਨੈਕਸਟ 'ਤੇ ਕਲਿੱਕ ਕਰ ਦਿਓ। ਪ੍ਰਾਈਵੇਸੀ ਲਗਾਉਣੀ ਆ ਤਾਂ ਪ੍ਰਾਈਵੇਸੀ ਲਗਾ ਸਕਦੇ ਹੋ, ਨਹੀਂ ਤਾਂ ਨੈਕਸਟ 'ਤੇ ਕਲਿੱਕ ਕਰ ਦਿਓ। ਉਸ ਤੋਂ ਬਾਅਦ ਗੈਟ ਸਟਾਰਟਿੰਗ 'ਤੇ ਕਲਿੱਕ ਕਰ ਦਿਓ। ਲਓ ਜੀ ਦੋਸਤੋ, ਇਹ ਹੈਗਾ ਜੀ, ਇਹਦੇ ਵਿੱਚ ਵਾਇਰਸ ਆ ਜਿਹੜਾ, ਅਸੀਂ ਸੋਫਟਵੇਅਰ ਦੇ ਨਾਲ ਹੀ ਨਿਕਲੇਗਾ, ਲੇਕਿਨ ਸਾਡਾ ਜਿਹੜਾ ਪੈਟਰਨ ਲਾਕ ਸਕਿਉਰਟੀ ਕੋਡ ਉਹ ਅਸੀਂ ਖੋਲ੍ਹਿਆ ਹੈਗਾ, ਅਸੀਂ ਔਨ ਕਰ ਸਕਦੇ ਹਾਂ ਆਪਣੇ ਮੋਬਾਈਲ ਨੂੰ, ਜਿਸ ਤਰ੍ਹਾਂ ਵੀ ਅਸੀਂ ਔਨ ਕਰ ਸਕਦੇ ਹਾਂ। ਇਹ ਜਿਹੜਾ ਅਨਫੋਰਚੁਨੈਟੀ ਦਾ ਵਾਇਰਸ ਹੈ ਦੋਸਤੋ, ਸੋਫਟਵੇਅਰ ਤੋਂ ਬਗੈਰ ਨਹੀਂ ਜੇ ਜਾਂਦਾ, ਇਹ ਸੋਫਟਵੇਅਰ ਹੀ ਕਰਨਾ ਪੈਂਦਾ, ਉਸ ਤੋਂ ਇਲਾਵਾ ਨਹੀਂ ਜਾਂਦਾ। ਤਾਂ ਦੋਸਤੋ, ਵੀਡੀਓ ਪਸੰਦ ਆਇਆ ਤਾਂ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕੀਜੀਏ ਔਰ ਆਪਣੀ ਕੀਮਤੀ ਰਾਏ ਸੇ ਹਮੇਂ ਆਗਾਹ ਵੀ ਕੀਜੀਏ। ਥੈਂਕ ਯੂ, ਅੱਲਾਹ ਹਾਫਿਜ਼, ਦੁਆ ਮੇਂ ਯਾਦ ਰੱਖੀਏਗਾ, ਸ਼ੁਕਰੀਆ।